ਹੈਲੋ ਫਰੈਂਡ, ਹੈਲੋ ਗਾਇਸ, ਵੈਲਕਮ ਟੂ ਖਾਨ ਮੋਟਰ ਮੋਗਾ। ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ, ਸਲਾਮ ਅਤੇ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣਾ ਔਨਲਾਈਨ ਆਰਡਰ ਬੇਸ 'ਤੇ ਆਪਾਂ ਜੀਪਾਂ ਥਾਰਾਂ ਦਾ ਕੰਮ ਕਰਦੇ ਹਾਂ, ਸਪੈਸ਼ਲੀ ਜੋ ਗੱਡੀਆਂ ਆਪਾਂ ਤਿਆਰ ਕਰਦੇ ਹਾਂ ਆਰਡਰ ਬੇਸ 'ਤੇ ਆਪਾਂ ਗੱਡੀਆਂ ਰੈਡੀ ਕਰਦੇ ਹਾਂ। ਅਤੇ ਇਸ ਗੱਡੀ ਦਾ ਆਪਾਂ ਨੂੰ ਔਨਲਾਈਨ ਆਰਡਰ ਹੋਇਆ ਸੀਗਾ, ਅਤੇ ਇਹ ਗੱਡੀ ਬਹੁਤ ਹੀ ਆਪਣੇ ਖਾਸ ਮਿੱਤਰ ਦੀ ਹੈ, ਮੇਰਾ ਬਹੁਤ ਹੀ ਖਾਸ ਦੋਸਤ ਆ। 10 ਸਾਲ ਹੋ ਗਏ ਅਸੀਂ ਆਪਸ ਮੇਂ ਵਰਤਦੇ ਸੀਗੇ ਗੱਡੀਆਂ ਗੁੱਡੀਆਂ, ਬਾਈ ਦੇਖਦਾ ਸੀਗਾ, ਬਾਈ ਨੂੰ ਵੀ ਸ਼ੌਂਕ ਸੀਗਾ, ਬਾਈ ਕਹਿੰਦੇ ਜਦੋਂ ਹੱਥ ਸੌਖਾ ਹੋਊਗਾ ਉਦੋਂ ਆਪਾਂ ਗੱਡੀ ਲਵਾਂਗੇ। ਅਤੇ ਸਪੈਸ਼ਲੀ ਉਹਦੇ ਨਾਲ ਆ ਗਿਆ ਵੀਰ ਨੇ ਆਪਾਂ ਨੂੰ ਕਿਹਾ ਸੀ ਵੀ ਆਪਾਂ ਰੈਡੀ ਕਰਨੀ, ਅਤੇ ਮੈਂ ਇਹ ਨਹੀਂ ਕਹੂੰਗਾ ਵੀ ਮੇਰਾ ਕੋਈ ਕਸਟਮਰ ਆ, ਮੇਰਾ ਭਰਾ ਹੀ ਹੈ ਜਿਹਨੇ ਮੈਨੂੰ ਗੱਡੀਆਂ ਦੇ ਆਰਡਰ ਦਿੱਤੇ ਆ। ਕਿਉਂਕਿ ਇਸ ਸਾਲ ਇੱਕ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਦਾ, ਮੈਂ ਜਿੰਨੀਆਂ ਵੀ ਗੱਡੀਆਂ ਦਿੱਤੀਆਂ ਮੈਕਸੀਮਮ 10 ਤੋਂ 15 ਗੱਡੀਆਂ ਮੇਰੇ ਖਾਸ ਦੋਸਤ ਜਿਨ੍ਹਾਂ ਨਾਲ ਮੈਂ ਪੜ੍ਹਿਆ ਉਹਨਾਂ ਨੂੰ ਦਿੱਤੀਆਂ, ਅਤੇ ਜਿਨ੍ਹਾਂ ਨਾਲ ਮੈਂ ਵਰਤਦਾ ਸੀਗਾ ਉਹ ਬੰਦਿਆਂ ਨੂੰ ਗੱਡੀਆਂ ਦਿੱਤੀਆਂ। ਅਤੇ ਬਹੁਤ ਯਾਨੀ ਕਿ ਖੁਸ਼ੀ ਦਾ ਸਾਲ ਰਿਹਾ ਮੇਰੇ ਵਾਸਤੇ ਵੀ ਜਿੰਨੇ ਵੀ ਭਰਾਵਾਂ ਦੀ ਯਾਨੀ ਕਿ ਡਿਮਾਂਡ ਸੀ ਜਾਂ ਜਿਨ੍ਹਾਂ ਦਾ ਆਪਾਂ ਕਹਿ ਦਿੰਦੇ ਸ਼ੌਂਕ ਸੀਗਾ ਵੀ 4 ਪੈਸੇ ਆਉਣ ਆਪਾਂ ਸ਼ੌਂਕ ਪੂਰਾ ਕਰਾਂਗੇ, ਤਾਂ ਬਾਈ ਦੀ ਬਹੁਤ ਜ਼ਿਆਦਾ ਬਾਈ ਨੂੰ ਸ਼ੌਂਕ ਸੀਗਾ, ਖਾਸ ਕਰਕੇ ਇਹ ਜੀਪ ਦਾ ਵੀ ਆਪਾਂ ਵੱਡੇ ਵੱਡੇ ਟਾਇਰਾਂ ਦੇ ਵਿੱਚ ਗੱਡੀ ਰੈਡੀ ਕਰਨੀ ਆ। ਅਤੇ ਸੋਨੂੰ ਬਾਈ ਨੇ ਆਪਾਂ ਨੂੰ ਇਹ ਗੱਡੀ ਦਾ ਆਰਡਰ ਕੀਤਾ ਸੀਗਾ, ਅਤੇ ਮੇਰਾ ਭਰਾ ਹੀ ਹੈ ਮੇਰਾ ਵੀਰ, ਵੱਡਾ ਭਰਾ ਮੇਰਾ, ਅਤੇ ਉਹਨੇ ਆਰਡਰ ਕੀਤਾ ਸੀ ਇਸ ਚੀਜ਼ ਦੇ ਲਈ। ਅਤੇ ਬਹੁਤ ਹੀ ਵਧੀਆ ਵੀਰ ਦਾ ਨੇਚਰ ਆ, ਅਤੇ ਆਪਾਂ ਰਿਵਿਊ ਵੀ ਲਵਾਂਗੇ ਬਾਈ ਦਾ, ਅਤੇ ਕਿਉਂਕਿ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਨਾ ਵੀ ਗੱਡੀ ਜਾਂ ਕਿਸੇ ਕਸਟਮਰ ਦੀ ਆ, ਮੇਰੇ ਭਰਾ ਦੀ ਹੋਈ ਗੱਡੀ ਆਪਾਂ ਰੈਡੀ ਕਰਕੇ ਦਿੱਤੀਆਂ। 10 ਸਾਲਾਂ ਤੋਂ ਵੀਰ ਦਾ ਸ਼ੌਂਕ ਸੀਗਾ, ਹੁਣ ਥੋੜ੍ਹਾ ਜਿਹਾ ਹੱਥ ਸੌਖਾ ਹੋਇਆ, ਬਾਈ ਕਹਿੰਦਾ ਆਪਾਂ ਗੱਡੀ ਰੈਡੀ ਕਰੀਏ, ਅਤੇ ਆਪਣੀ ਗੱਡੀ ਘਰੇ ਹੀ ਰਹਿਣੀ ਆ। ਬਾਈ ਨੇ ਜੈਤੋ ਤੋਂ ਆਉਂਦਾ ਵੀਰ ਜਿਹਨੇ ਆਪਾਂ ਨੂੰ ਆਰਡਰ ਕੀਤਾ ਸੀਗਾ, ਅਤੇ ਇੱਕ ਘਰ ਵਾਲਾ ਕੰਮ ਹੀ ਆ, ਗੱਡੀ ਆਪਾਂ ਰੈਡੀ ਕਰ ਦਿੱਤੀ ਆ। ਟੋਟਲ ਇਹ ਗੱਡੀ ਦਾ ਵਰਕ ਕੰਪਲੀਟ ਹੋ ਚੁੱਕਿਆ, ਅਤੇ ਬਾਕੀ ਆਪਾਂ ਨਾਲ ਦੀ ਨਾਲ ਤੁਹਾਨੂੰ ਗੱਡੀ ਦੀ ਡਿਟੇਲ ਵੀ ਦੱਸਦੇ ਹਾਂ ਅਤੇ ਇਹਦੇ ਵਿੱਚ ਆਪਾਂ ਕੀ ਕੀ ਫੀਚਰ ਲਾਏ ਨੇ। ਅਤੇ ਸਪੈਸ਼ਲੀ ਮੈਂ ਹਰ ਵੀਡੀਓ ਦੇ ਵਿੱਚ ਕਲੀਅਰ ਕਰਦਾ ਕਿ ਇਹਨਾਂ ਗੱਡੀਆਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਲੋਨ ਜਾਂ ਫਾਈਨੈਂਸ ਫੈਸੀਬਿਲਿਟੀ ਉਪਲਬਧ ਨਹੀਂ ਗੀ, ਓਨਲੀ ਕੈਸ਼ ਪੇਮੈਂਟ ਆ। ਅਤੇ ਇਸ ਗੱਡੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਾਸ ਆ ਜੋ ਆਪਾਂ ਬਹੁਤ ਸਾਰੀਆਂ ਚੀਜ਼ਾਂ ਲਾਈਆਂ ਹੋਈਆਂ ਨੇ, ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਕਿਉਂਕਿ ਜੋ ਪ੍ਰਾਈਸ ਕੋਸਟ ਆ ਸੇਮ ਇਹਦੇ ਨਾਲ ਦੀ, ਜਿਸ ਵੀਰ ਨੇ ਗੱਡੀ ਰੈਡੀ ਕਰਵਾਉਣੀ ਆ ਤਾਂ ਆਪਣੇ ਕੋਲ 4,85,000 ਤੋਂ ਸਟਾਰਟਿੰਗ ਪ੍ਰਾਈਜ਼ ਆ। ਲੇਕਿਨ ਜੋ ਇਹ ਮਾਡਲ ਆ, ਇਸ ਤਰ੍ਹਾਂ ਦਾ ਮਾਡਲ ਜਦੋਂ ਰੈਡੀ ਕਰਵਾਉਣਾ ਤੁਸੀਂ 6,85,000 ਤੋਂ ਸਟਾਰਟਿੰਗ ਆ। ਮਿਊਜ਼ਿਕ ਸਿਸਟਮ ਦੇ ਪੈਸੇ ਐਕਸਟਰਾ ਹੋਣਗੇ, ਹੁੱਡ ਦੇ ਪੈਸੇ ਐਕਸਟਰਾ ਹੋਣਗੇ, ਅਤੇ ਬਾਕੀ ਜੋ ਐਕਸਟਰਾ ਤੁਸੀਂ ਸਮਾਨ ਲਵਾਉਣਾ ਉਹਦੇ ਪੈਸੇ ਐਕਸਟਰਾ ਹੋਣਗੇ। ਮਹਿੰਦਰਾ DA ਟਰਬੋ ਇੰਜਨ ਦੇ ਨਾਲ ਪਾਵਰ ਸਟੇਅਰਿੰਗ, ਪਾਵਰ ਬ੍ਰੇਕ, ਪਾਵਰ ਕਲੱਚ ਦੇ ਨਾਲ ਸਾਰੀ ਗੱਡੀ ਰੈਡੀ ਕੀਤੀ ਹੋਈ ਆ, ਬਲੈਕ ਫਿਨਿਸ਼ਿੰਗ ਪੇਂਟ ਦੇ ਨਾਲ। ਤੁਹਾਨੂੰ ਮੈਂ ਸਾਰੀ ਹੀ ਡਿਟੇਲ ਦੱਸਦਾ ਵੀ ਗੱਡੀ ਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਲਾਈਆਂ ਨੇ, ਕੀ ਕੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ। ਅਤੇ ਬਾਕੀ ਬਾਈ ਦੀ ਚੋਇਸ ਸੀਗੀ ਵੀ ਆਪਾਂ ਆਹ ਚੀਜ਼, ਬਹੁਤ ਆਪਣਾ ਮਾਡਲ ਟ੍ਰੈਂਡਿੰਗ 'ਚ ਰਿਹਾ ਅਤੇ ਵੀਰ ਨੂੰ ਵੀ ਇਹ ਜ਼ਿਆਦਾ ਮਾਡਲ ਬਹੁਤ ਜ਼ਿਆਦਾ ਪਸੰਦ ਸੀਗਾ ਵੀ ਆਪਾਂ ਇਹੀ ਗੱਡੀ ਤਿਆਰ ਕਰਨੀ ਆ, ਅਤੇ ਜੈੱਡ ਬਲੈਕ ਕਲਰ ਦੇ ਵਿੱਚ ਕਰਨੀ ਆ, 2 ਫੁੱਟੇ ਟਾਇਰਾਂ ਦੇ ਨਾਲ ਰੈਡੀ ਕਰਨੀ ਆ। ਅਤੇ ਹੈਵੀ ਸਸਪੈਂਸ਼ਨ ਵਰਕ, ਹੈਵੀ ਹਿੱਸੇ ਵਰਕ ਕਰਕੇ ਆਪਾਂ ਗੱਡੀ ਲੈ ਕੇ ਆਏ ਹਾਂ। ਅਤੇ ਹੁਣ ਆਪਾਂ ਗੱਡੀ ਦੇ ਫੀਚਰ ਤੁਹਾਨੂੰ ਦੱਸਦੇ ਹਾਂ, ਡਿਟੇਲ ਦੱਸਦੇ ਹਾਂ ਵੀ ਇਹਦੇ ਵਿੱਚ ਆਪਾਂ ਕੀ ਲਾਇਆ। ਅਤੇ ਉਮੀਦ ਕਰਦਾ ਵੀ ਤੁਹਾਨੂੰ ਇਹ ਵੀ ਵੀਡੀਓ ਬਹੁਤ ਜ਼ਿਆਦਾ ਪਸੰਦ ਆਊਗੀ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਤੇ ਤੁਸੀਂ ਮੈਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ ਫੋਲੋ ਕਰ ਸਕਦੇ ਹੋ, ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਇੰਸਟਾਗ੍ਰਾਮ, ਯੂਟਿਊਬ, ਫੇਸਬੁੱਕ ਦੇ ਉੱਪਰ ਖਾਨ ਮੋਟਰ ਮੋਗਾ। ਕਨੈਕਟ ਨੰਬਰ ਮੇਰਾ 9914876761, ਤੁਸੀਂ ਕਾਲ ਵੀ ਕਰ ਸਕਦੇ ਹੋ। ਕਈ ਵਾਰ ਜ਼ਿਆਦਾ ਬਿਜ਼ੀ ਹੁੰਦੇ ਹਾਂ, ਕਾਲ ਰਿਸੀਵ ਨਹੀਂ ਹੁੰਦੀ, ਤਾਂ ਉਹਦੇ ਲਈ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਅਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਹਾਂ। ਅਤੇ ਲਓ ਜੀ, ਹੁਣ ਆਪਾਂ ਕਰਦੇ ਹਾਂ ਗੱਡੀ ਦੀ ਗੱਲ। ਅਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਪਣਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਮਾਡਲ, 2 ਫੁੱਟਾ ਟਾਇਰ, VK ਟਾਇਰ ਦੇ ਵਿੱਚ ਫੁੱਲ ਬੈਸਟ ਕੁਆਲਿਟੀ ਟਾਇਰ ਹੁੰਦਾ ਇਹ, ਅਤੇ ਕੋਈ ਬਬਲਿੰਗ ਵਗੈਰਾ ਨਹੀਂ ਹੁੰਦੀ। ਹਿੱਸੇ ਵਗੈਰਾ ਇਹਦੇ 'ਚ ਆਪਾਂ ਹੈਵੀ ਫਿੱਟ ਕੀਤੇ ਹੋਏ ਆ, ਇਹ ਦੇਖ ਸਕਦੇ ਹੋ ਤੁਸੀਂ, ਗੋਲੀਆਂ ਵਾਲੇ ਹਿੱਸੇ ਆਪਾਂ ਫਿੱਟ ਕੀਤੇ ਹੋਏ ਨੇ, ਫੁੱਲ ਹੈਵੀ ਹਿੱਸਾ ਹੁੰਦਾ ਇਹ, ਕੋਈ ਬਬਲਿੰਗ ਵਗੈਰਾ ਦੀ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ। ਅਤੇ ਜਦੋਂ ਆਪਣੇ ਵੀ ਇਸ ਗੱਡੀ ਕੇ ਲਈ ਆਰਡਰ ਕਰਨਾ ਤਾਂ ਆਪ ਮੇਰੇ ਨੰਬਰ 'ਤੇ ਕਨੈਕਟ ਕਰ ਸਕਦੇ ਹੋ। ਇਹ ਹਿੰਦੀ ਮੈਂ ਐਸੇ ਕਰਕੇ ਬਤਾ ਰਹਾ ਹੂੰ ਕਿ ਬਹੁਤ ਸਾਰੇ ਕਸਟਮਰ ਹੈ ਜੋ ਅਦਰ ਸਟੇਟ ਕੇ ਹੋਤੇ ਹੈ ਕਿ ਭਈ ਹਮਕੋ ਗਾੜੀ ਬੁੱਕ ਕਰਨਾ ਹੈ, ਕਿਆ ਕਿਆ ਫੀਚਰ ਹੋਤੇ ਇਸਮੇ, ਤੋ ਵੋ ਆਪ ਕਾਲ ਕਰ ਸਕਦੇ ਹੋ ਮੇਰੇ ਨੰਬਰ 'ਤੇ 9914876761, ਆਪ ਕਾਲ ਵੀ ਕਰ ਸਕਦੇ ਹੋ ਤੋ ਵਟਸਐਪ ਵੀ ਕਰ ਸਕਦੇ ਹੋ। ਤੋ ਕਲਰ ਕੀ ਬਾਤ ਕਰੇ ਤੋ ਇਹ ਦੇਖ ਸਕਦੇ ਹੋ ਜੈੱਡ ਬਲੈਕ ਕਲਰ ਕੇ ਸਾਥ ਬਲੈਕ ਫਿਨਿਸ਼ਿੰਗ, 2K ਫਿਨਿਸ਼ਿੰਗ ਕੁਆਲਿਟੀ ਕੇ ਸਾਥ ਪੂਰਾ ਵਰਕ ਕੀਆ ਹੋਗਿਆ,
फिनिशिंग क्वालिटी आप पूरी चेक कर सकते हो। इसमें काफ़ी हमने चेंजेस किए हुए हैं, ये देख सकते हो व्हील कप लगाए टायर के ऊपर, काफ़ी शानदार लुक आ रहा है इससे। तो काम वगैरह टोटली बेस्ट क्वालिटी के साथ हुआ हुआ है। तो बाकी बम्पर वगैरह की बात करें तो सिंपल सोबर सा बम्पर जो आप हमारी गाड़ियों में देखती हो कि ये मॉडल काफ़ी ज़्यादा ट्रेंडिंग में रहता है हमारा ये वाला बम्पर, बार लाइट वगैरह, फॉग लैंप वगैरह के साथ, एलईडी लाइट वर्क के साथ, रूट्स के हॉर्न वगैरह, बाकी बॉनेट स्कोप के साथ, और इसमें हमने वुडन टच भी दिया हुआ है गाड़ी को। ये पहली बार आपने देख रहे हो इस गाड़ी में आप कि जो ओपन इस मिरर के साथ हम गाड़ियां लेके आते हैं उसमें वुडन टच दिया है। एक्सेसरी लगाई हुई है, बेल्चे वगैरह टोटली फिट करे हुए हैं, तो लाइट्स वगैरह देख सकते हो फिटिंग करी है हमने। इंजन की बात करें तो इंजन इसमें हमने महिंद्रा का डीए टर्बो इंजन, ब्लैरो डीए टर्बो इंजन यूज़ किया गया हुआ है। तो हुण आपां गल करते हैं साइड तो सारा तुसीं व्यू चेक कर सकते हो, विलीज वाले मिरर फिट किए हुए, वुडन टच दिता हुआ। ਤੁਹਾਨੂੰ ਹਿੰਦੀ 'ਚ ਪੰਜਾਬੀ 'ਚ ਆਪਾਂ ਸਾਰਾ ਦੱਸ ਰਹੇ ਹਾਂ ਕਿਉਂਕਿ ਕੁਛ ਵੀਰ ਬਾਹਰਲੀਆਂ ਸਟੇਟਾਂ ਦੇ ਅਤੇ ਬਾਕੀ ਆਪਣੇ NRI ਭਰਾ ਜੋ ਕੈਨੇਡਾ ਅਮੈਰੀਕਾ ਤੋਂ ਵੀਡੀਓ ਦੇਖਦੇ ਬਹੁਤ ਜ਼ਿਆਦਾ ਪਿਆਰ ਦਿੰਦੇ ਆ। ਅਤੇ ਬਾਕੀ ਇਹ ਦੇਖ ਸਕਦੇ ਤੁਸੀਂ ਇਹਦਾ ਇੰਟੀਰੀਅਰ ਵਰਕ, ਟੋਟਲ ਇੰਟੀਰੀਅਰ ਵਰਕ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਇਹਦੇ 'ਚ ਆਪਾਂ ਕਾਫੀ ਕੁਝ ਚੇਂਜਸ ਵੀ ਕੀਤਾ ਅਤੇ ਬੈਕ 'ਤੇ ਆਪਾਂ ਐਕਸਟਰਾ ਫੈਂਡਰ ਲਾਏ ਹੋਏ ਨੇ ਕਿਉਂਕਿ 2 ਫੁੱਟ ਟਾਇਰ ਹੁੰਦਾ ਇਹ ਜਦੋਂ ਆਪਾਂ ਜ਼ਿਆਦਾ ਚਲਾਉਂਦੇ ਹਾਂ ਬਾਰਿਸ਼ ਵਗੈਰਾ ਦੇ ਵਿੱਚ, ਗਾਰਾ ਵਗੈਰਾ ਕਈ ਵਾਰ ਉੱਪਰ ਮਾਰਦੇ ਟਾਇਰ ਬੈਕ ਵਾਲੇ, ਤੋ ਉਹਦੇ ਕਰਕੇ ਥੋੜ੍ਹਾ ਸੇਫਟੀ ਰਹਿੰਦੀ ਆ, ਤਾਂ ਕਰਕੇ ਬੈਕ ਫੈਂਡਰ ਲਾਇਆ। ਬੈਕ 'ਤੇ ਆਪਾਂ ਅੰਟੀਨਾ ਯੂਜ਼ ਕੀਤਾ ਹੋਇਆ, ਇਹ ਅੰਟੀਨਾ ਲਾਇਆ ਹੋਇਆ। ਅਤੇ ਲਾਈਟ ਵਗੈਰਾ ਦੇਖ ਸਕਦੇ ਤੁਸੀਂ, ਰੂਬੀਕੋਨ ਦੀ ਲਾਈਟ ਵਗੈਰਾ ਫਿਟਿੰਗ ਕੀਤੀ ਹੋਈ ਆ, ਪ੍ਰੋਜੈਕਟਰ ਲਾਈਟ ਵਗੈਰਾ। ਅਤੇ ਬੈਕ 'ਤੇ ਰਿਫਲੈਕਟਰ ਵਗੈਰਾ ਵਿਲੀਜ਼ ਵਾਲਾ ਓਰੀਜਨਲ ਯੂਜ਼ ਕੀਤਾ ਗਿਆ ਹੋਇਆ। ਸਲਾਂਸਰ ਉੱਪਰ ਸ਼ੋਪੀਸ ਸਲਾਂਸਰ ਫਿਟਿੰਗ ਕੀਤਾ ਹੋਇਆ, ਵੱਡਾ 2 ਫੁੱਟਾ ਰਿਮ ਬੈਕ 'ਤੇ ਸਟਿਪਣੀ ਵਾਸਤੇ, ਟਾਇਰ ਦੀ ਇਹਨੂੰ ਜ਼ਰੂਰਤ ਨਹੀਂ ਹੁੰਦੀ, ਤਾਂ ਇਸੇ ਕਰਕੇ ਉਹ ਵੀ ਆਪਾਂ ਫਿਟਿੰਗ ਕੀਤਾ ਹੋਇਆ। ਅਤੇ ਬਾਕੀ ਲਾਈਟਸ ਵਗੈਰਾ ਔਨ ਕਰਕੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਅਤੇ ਬਾਕੀ ਇੰਟੀਰੀਅਰ ਵਿਊ, ਗੱਡੀ ਦੱਸਿਓ ਤੁਸੀਂ ਸਾਰੇ ਜਣੇ, ਤੁਹਾਨੂੰ ਆਪਣਾ ਕੰਮ ਕਿੱਦਾਂ ਦਾ ਲੱਗਾ ਅਤੇ ਗੱਡੀ ਕਿਵੇਂ ਦੀ ਲੱਗੀ। ਜੇ ਤੁਸੀਂ ਵੀ ਇਸ ਗੱਡੀ ਦੇ ਲਈ ਔਡਰ ਕਰਨਾ ਆਪਣੇ ਨੰਬਰ 'ਤੇ ਤੁਸੀਂ ਕਨੈਕਟ ਕਰ ਸਕਦੇ ਹੋ, ਸਾਰਾ ਤੁਸੀਂ ਦੇਖ ਹੀ ਲਿਆ। ਅਤੇ ਹੁਣ ਆਪਾਂ ਤੁਹਾਨੂੰ ਇਹਦਾ ਲਾਈਟ ਵਰਕ ਵੀ ਦਿਖਾਉਂਦੇ ਹਾਂ, ਪੇਂਟ ਦੀ ਕੁਆਲਿਟੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅਤੇ ਬਾਕੀ ਜੇ ਫਿਨਿਸ਼ਿੰਗ ਦੀ ਗੱਲ ਕਰੀਏ ਤਾਂ ਟੋਟਲ ਤੁਸੀਂ ਸਾਰੇ ਕੰਮ ਦੇਖ ਸਕਦੇ ਹੋ, ਫੁੱਲ ਫਿਨਿਸ਼ਿੰਗ ਵਰਕ, ਰਸਟ ਕੋਟ ਵਗੈਰਾ ਮਾਰ ਕੇ ਆਪਾਂ ਸਾਰਾ ਕੰਮ ਕੀਤਾ ਹੋਇਆ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਵਹੀਕਲ ਦੇ ਵਿੱਚ। ਅਤੇ ਲਓ ਜੀ ਇਹ ਦੇਖ ਸਕਦੇ ਤੁਸੀਂ, ਇਹਦੇ 'ਚ ਆਪਾਂ ਐਂਟੀਨਾ ਲਾਇਆ ਹੋਇਆ ਸਵਿੱਚ ਦੇ ਨਾਲ, ਇਹਦੇ 'ਚ ਐਂਟੀਨਾ ਲਾਇਆ ਹੋਇਆ ਆਪਾਂ, ਜਦੋਂ ਤੁਸੀਂ ਸੁੱਚੋ ਲਾਏ ਕੋਈ ਐਂਟੀਨਾ ਓਪਨ ਹੋ ਜਾਂਦਾ। ਅਤੇ ਹੁਣ ਆਪਾਂ ਗੱਲ ਕਰਦੇ ਇਹਦੇ ਇੰਟੀਰੀਅਰ ਦੀ, ਇੰਟੀਰੀਅਰ ਦੇ ਵਿੱਚ ਮਿਊਜ਼ਿਕ ਸਿਸਟਮ ਫਿਟਿੰਗ ਕੀਤਾ ਹੋਇਆ, ਬੇਸ ਸਿਸਟਮ ਵਗੈਰਾ ਲੱਗੀ ਹੋਈ ਆ। ਬੈਕ ਤੋਂ ਜਦੋਂ ਗੱਲ ਕਰੀਏ ਤਾਂ ਡਬਲ ਬੇਸ ਵਿੱਚ ਫਿਟਿੰਗ ਕੀਤੀ ਹੋਈ ਆ, ਮੋਨੋ ਵਗੈਰਾ ਫਿਟਿੰਗ ਕੀਤੀ ਹੋਈ ਆ, ਅਤੇ ਸਪੋਰਟ ਸਟੇਅਰਿੰਗ ਵਗੈਰਾ 5+1 ਗੇਅਰ ਬੋਕਸ ਪਾਈਨਰ ਦਾ ਸਿਸਟਮ ਵਗੈਰਾ ਲਾਇਆ ਹੋਇਆ। ਇਹ ਸੀਗਾ ਇਹਦਾ ਇੰਟੀਰੀਅਰ ਵਰਕ, ਸੀਟ ਬੈਲਟਾਂ ਵਗੈਰਾ ਇਹਦੇ 'ਚ ਲਾਈਆਂ ਹੋਈਆਂ ਨੇ, ਅਤੇ ਸਪੋਰਟ ਲਾਈ ਹੋਈ ਆਪਾਂ ਪਿੱਛੇ ਰੋਪ, ਕਈਆਂ ਗੱਡੀਆਂ ਤੁਸੀਂ ਦੇਖਿਆ ਹੋਇਆ ਆਪਾਂ ਵੱਡਾ ਲਾਇਆ ਹੁੰਦਾ ਰੋਪ, ਇਹਦੇ ਛੋਟਾ ਰੋਪ ਲਾਇਆ ਆਪਾਂ ਕਿਉਂਕਿ ਸਪੀਕਰਾਂ ਸਪੋਰਟ ਲੱਗਦੀ, ਇੱਕ ਪਿੱਛੇ ਕਈ ਵਾਰ ਬੰਦਿਆਂ ਨੇ ਬੈਠਣਾ ਹੁੰਦਾ ਹੈ ਨਾ, ਕਿਉਂਕਿ ਇਹਦੇ ਹੱਥ ਪਾਉਣ ਨੂੰ ਕੋਈ ਵੀ ਚੀਜ਼ ਨਹੀਂ ਲੱਗੀ ਹੁੰਦੀ, ਤਾਂ ਉਹਦੇ ਕਰਕੇ ਆਪਾਂ ਆਹ ਚੀਜ਼ਾਂ ਲਾਈਆਂ। ਅਤੇ ਤੁਸੀਂ ਦੱਸਿਓ ਵੀ ਤੁਹਾਨੂੰ ਕੰਮ ਕਿੱਦਾਂ ਦਾ ਲੱਗਿਆ ਆਪਣੀ ਗੱਡੀ ਦਾ, ਅਤੇ ਜੇ ਚੰਗਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ। ਅਤੇ ਬਾਕੀ LED ਲਾਈਟ ਵਰਕ ਇਹਦੇ ਫਰੇਮ 'ਤੇ ਵੀ ਲਾਈਟਾਂ ਦਿੱਤੀਆਂ, ਅੰਟੀਨਾ ਲਾਇਆ ਹੋਇਆ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਇਹਦਾ ਟ੍ਰਾਇਲ ਵਰਕ, ਅਤੇ ਤੁਹਾਨੂੰ ਸਾਰੀ ਫੈਸਿਲਿਟੀਜ਼ ਦੱਸ ਦਿੱਤੀ ਆ ਮੈਂ, ਰੇਟ ਵਗੈਰਾ ਤੁਹਾਨੂੰ ਫਸਟ ਦੇ ਵਿੱਚ ਕਲੀਅਰ ਕਰਤਾ ਕਿ ਮਹਿੰਦਰਾ ਡੀ ਟਰਬੋ ਇੰਜਨ ਦੇ ਨਾਲ ਹੀ ਗੱਡੀਆਂ ਰੈਡੀ ਕੀਤੀਆਂ 5+1 ਗੇਅਰ ਬੋਕਸ ਦੇ ਨਾਲ। ਜੇ ਤੁਸੀਂ 4x4 ਕਰਵਾਉਣੇ ਚਾਹੁੰਦੇ ਹੋ ਤਾਂ ਉਹ ਵੀ ਹੋ ਜੂਗੀ।
ਅਤੇ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਇਹਦਾ ਟ੍ਰਾਇਲ ਵਰਕ ਕਿ ਗੱਡੀ ਆਪਾਂ ਕਿਵੇਂ ਕਿਵੇਂ ਰੈਡੀ ਕੀਤੀ ਹੈ ਅਤੇ ਫਿਨਿਸ਼ਿੰਗ ਕੁਆਲਿਟੀ ਟੋਟਲੀ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਬਾਕੀ ਇਸੇ ਤਰ੍ਹਾਂ ਮਿਲਦੇ ਹਾਂ ਨਵੇਂ ਨਵੇਂ ਮਾਡਲਾਂ ਦੇ ਨਾਲ ਅਤੇ ਬਾਕੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਆਪਣੀਆਂ ਬਹੁਤ ਸਾਰੀਆਂ ਗੱਡੀਆਂ ਆਉਣ ਵਾਲੀਆਂ ਜਲਦ ਅਤੇ ਬਹੁਤ ਬਹੁਤ ਤੁਹਾਡਾ ਥੈਂਕਸ ਅਤੇ ਇੰਨਾ ਤੁਸੀਂ ਪਿਆਰ ਕਰਦੇ ਹੋ ਇੰਨੀ ਜ਼ਿਆਦਾ ਸਪੋਰਟ ਕਰਦੇ ਹੋ ਥੈਂਕ ਯੂ ਸਾਰਿਆਂ ਨਾਲ ਦਿਲੋਂ ਰਿਸਪੈਕਟ ਆ ਸਾਰਿਆਂ ਲਈ ਅਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜਲਦੀ ਮਿਲਦੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਗਾਇਸ ਬਾਏ ਲਵ ਯੂ ਆਲ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਟ੍ਰਾਇਲ ਵਰਕ ਇਹਦਾ ਬਾਏ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹਦਾ ਟ੍ਰਾਇਲ ਵਰਕ ਅਤੇ ਲਾਈਟ ਵਰਕ ਲਾਈਟਾਂ ਸਾਰੀਆਂ ਔਨ ਕਰਤੀਆਂ ਨੇ ਬਲੈਰੋ ਇੰਜਨ ਦਾ ਟ੍ਰਾਇਲ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਟਾਇਰਾਂ ਦੇ ਵਿੱਚ ਲਓ ਜੀ ਤੁਸੀਂ ਦੇਖ ਲਿਆ ਸਾਰਾ ਗੱਡੀ ਦਾ ਟ੍ਰਾਇਲ ਵਰਕ ਬਲੈਰੋ ਡੀ ਟਰਬੋ ਇੰਜਨ ਦੇ ਨਾਲ ਅਤੇ ਇਹ ਸੀਗਾ ਇਹਦਾ ਲਾਈਟ ਵਰਕ ਅਤੇ ਟ੍ਰਾਇਲ ਵਰਕ ਟੋਟਲ ਗੱਡੀ ਕੰਪਲੀਟ ਆ ਜੇ ਤੁਸੀਂ ਵੀ ਇਸ ਗੱਡੀ ਦੇ ਲਈ ਔਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨੰਬਰ 'ਤੇ ਕਨੈਕਟ ਕਰ ਸਕਦੇ ਹੋ ਬਾਕੀ ਤੁਸੀਂ ਦੱਸਿਓ ਕਿ ਤੁਹਾਨੂੰ ਕੰਮ ਕਿੱਦਾਂ ਦਾ ਲੱਗਿਆ ਅਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਦੇਖਣ ਦੇ ਲਈ ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਆਪਣਾ ਕੰਮ ਕਿੱਦਾਂ ਦਾ ਲੱਗਿਆ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਗਾਈਸ ਬਾਏ ਲਵ ਯੂ ਆਲ ਥੈਂਕ ਯੂ